ਅੱਜ ਅਸੀਂ ਥਾਟਾਂ ਬਾਰੇ ਵੀਡੀਓਜ਼ ਬਣਾ ਦੇ ਸਗੇ ਤੇ ਮੈਂ ਸੋਚਿਆ ਕਿ ਰਾਗਾਂ ਬਾਰੇ ਵੀ ਬਣਾ ਲਈਏ ਕਹਿੰਦੇ ਹੁੰਦੇ ਆ ਕਿ ਇੱਕ ਥਾਟ ਦੇ ਵਿੱਚ 484 ਰਾਗ ਆ। ਇਹ ਸਿਰਫ ਥਿਓਰੈਟਿਕਲੀ ਆ ਗਣਿਤ ਦੇ ਹਿਸਾਬ ਨਾਲ ਹਰ ਇੱਕ ਥਾਟ ਦੇ ਵਿੱਚ 484 ਰਾਗ ਬਣਦੇ ਆ ਪਰ ਪ੍ਰੈਕਟੀਕਲ ਦੇ ਵਿੱਚ ਇਸ ਚੀਜ਼ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਪਰ ਇਹਨਾਂ ਦੀਆਂ ਜਾਤੀਆਂ ਸਿੱਖਣ ਦਾ ਬਹੁਤ ਫਾਇਦਾ ਹੈ ਸੋ ਆਪਾਂ ਦੇਖ ਹੀ ਲੈਨੇ ਉਦਾਂ ਜਦੋਂ ਤੁਸੀਂ ਕਿਤੇ ਜਾਂਦੇ ਆ ਕੋਈ ਵੀ ਕਿਤਾਬ ਖੋਲੋ ਕਿਸੇ ਵੀ ਕਾਲਜ ਵਿੱਚ ਜਾਓ ਕਿਸੇ ਵੀ ਸਕੂਲ ਵਿੱਚ ਜਾਓ ਪਹਿਲੀ ਚੀਜ਼ ਇਹ ਹੀ ਸਕਾਰਦੇ ਆ ਕਿ ਕਥਾੜ ਦੇ ਵਿੱਚ 484 ਰਾ ਕਿੱਦਾਂ ਹੁੰਦੀ ਹੈ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਵੀਡੀਓ ਬਣਾਈ ਜਾਵੇ ਉਹਦੇ ਵਿੱਚ ਕੁਝ ਖਾਸ ਹੋਵੇ ਤੇ ਪਰ ਜਿਹੜਾ ਇਹ ਨੌਲੇਜ ਆ ਇਹ ਆਮ ਹੀ ਮਿਲਦਾ ਪਰ ਫਿਰ ਵੀ ਆਪਾਂ ਇਹ ਕਰਦੇ ਆ ਗੱਲ ਕਿਉਂਕਿ ਇਹਦੇ ਵਿੱਚ ਜਾਤੀਆਂ ਦੀ ਗੱਲ ਆਉਂਦੀ ਹੈ ਜਦੋਂ ਆਪਾਂ ਕਿਸੇ ਥਾਟ ਦੇ ਸਵਾਰ ਲੈਨੇ ਆ ਤੇ ਉਹਦੇ ਵਿੱਚ ਆਪਾਂ ਦੇਖ ਲੈਨੇ ਆ ਕਿ ਇੱਕ ਤਰ੍ਹਾਂ ਦਾ ਰੇ ਹੋਵੇ ਇੱਕ ਤਰ੍ਹਾਂ ਦਾ ਗਾ ਹੋਵੇ ਇੱਕ ਤਰ੍ਹਾਂ ਦਾ ਮਾ ਹੋਵੇ ਇੱਕ ਤਰ੍ਹਾਂ ਦਾ ਧਾ ਹੋਵੇ ਤੇ ਇੱਕ ਤਰ੍ਹਾਂ ਦੀ ਨੀ ਹੋਵੇ ਤੇ ਉਹਦੇ ਨਾਲ ਅਸੀਂ ਥਾਟ ਬਣਾ ਲੈਨੇ ਆ ਤੇ ਹੁਣ ਜਦੋਂ ਥਾਟ ਨੂੰ ਅਸੀਂ aroh ਤੇ avroh ਨਾਲ ਵਜਾਉਣਾ ਤਾਂ ਉਹਦੇ ਨਾਲ ਉਹਦਾ ਰਾਗ ਬਣ ਜਾਂਦਾ ਤੇ ਹੁਣ ਅਸੀਂ ਕੀ ਕਰਦੇ ਆ ਕਿ ਇਸ ਕਰਕੇ ਜਿਹੜਾ ਰਾਗ ਹੁੰਦਾ ਉਹਦਾ aroh ਤੇ avroh ਗਿਣਦੇ ਆ ਤੇ ਇਹ ਰਾਗ ਦੀ ਇੱਕ ਕੁਆਲਿਟੀ ਆ ਇੱਕ ਰਾਗ ਦਾ ਗੁਣ ਆ ਤੇ ਹੁਣ ਜਦੋਂ ਅਸੀਂ ਕਿਸੇ ਵੀ ਥਾਟ ਦੇ ਵਿੱਚ ਰਾਗ ਦੇ ਜਾਂਦੇ ਹੁਆ ਵੀ ਸਾਰੇ 276 ਥਾਟ ਵਾਲੇ ਲਾ ਦੇਈਏ ਤੇ ਆਂਦੇ ਹੁਆ ਵੀ ਸਾਰੇ ਥਾਟ ਵਾਲੇ ਸੁਰ ਲਾ ਦੇਈਏ ਸਾਰੇ ਗਾਮਾ ਪਾਦਾ ਨੀ ਸਾ ਸਾ ਨੀ ਦਾ ਪਾ ਮਾ ਗਾਰੇ ਸਾ ਇਦਾਂ ਸਾਰੇ ਸੁਰ ਜਾਂਦੇ ਲਾ ਦੇਈਏ ਸਾਰੇ ਸੁਰਾਂ ਦੇ ਲਾ ਦੇਈਏ ਤਾਂ ਅਸੀਂ ਕਹਿੰਦੇ ਆ ਕਿ ਇਹ ਰਾਗ ਸੰਪੂਰਨ ਸੰਪੂਰਨ ਆ ਇਹਦਾ ਮਤਲਬ ਇਹਦਾ ਅਰੋਹ ਵੀ ਸੰਪੂਰਨ ਆ ਤੇ ਇਹਦਾ ਅਵਰੋਹ ਵੀ ਸੰਪੂਰਨ ਆ ਤੇ ਹੁਣ ਰਾਗ ਦੀ ਇੱਕ ਵਿਸ਼ੇਸ਼ਤਾ ਆ ਕਿ ਰਾਗ ਦੇ ਵਿੱਚ ਵੱਧੂ ਵੱਧ ਸੱਤ ਤੇ ਘੱਟੋ ਘੱਟ ਪੰਜ ਸੁਰ ਜ਼ਰੂਰ ਲੱਗਣੇ ਚਾਹੀਦੇ ਆ ਤੇ ਜਦੋਂ ਅਸੀਂ ਇਹ ਗਿਣਤੀ ਕਰ ਲਈ ਤਾਂ ਇਹਦਾ ਮਤਲਬ ਰਾਗ ਦੀਆਂ ਤਿੰਨ ਕਿਸਮਾਂ ਹੋ ਗਈਆਂ ਸੱਤਾਂ ਸੁਰਾਂ ਵਾਲੇ ਰਾਗ ਛੇਆਂ ਸੁਰਾਂ ਵਾਲੇ ਰਾਗ ਤੇ ਪੰਜਾਂ ਸੁਰਾਂ ਵਾਲੇ ਰਾਗ ਜਿਹੜੇ ਸੱਤ ਸੁਰੇ ਆ ਉਹਨਾਂ ਨੂੰ ਕਹਿੰਦੇ ਸੰਪੂਰਨ ਜਿਹੜੇ ਛੇ ਉਹਨਾਂ ਨੂੰ ਕਹਿੰਦੇ ਛਾੜਬ ਜਿਹੜੇ ਪੰਜ ਉਹਨਾਂ ਨੂੰ ਕਹਿੰਦੇ ਆ ਔੜਬ ਸੰਪੂਰਨ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਹੈਪਟਾਟੋਨਿਕ ਤੇ ਛਾੜਬ ਹੁੰਦੇ ਹੈਕਸਾਟੋਨਿਕ ਤੇ ਜਿਹੜੇ ਆਡ ਹੁੰਦੇ ਉਹ ਹੁੰਦੇ ਆ ਕਿ ਪੈਂਟਾਟੋਨਿਕ ਪਰ ਕਿਉਂਕਿ ਰਾਗ ਦੇ ਵਿੱਚ ਅਰੋਹ ਅਵਰੋਹ ਆ ਤੇ ਇਸ ਕਰਕੇ ਅਸੀਂ ਤਿੰਨਾਂ ਦੀਆਂ ਗਾਂ ਨੌ ਜਾਤੀਆਂ ਬਣਾ ਲਈਆਂ ਅਸੀਂ ਕਹਿੰਦੇ ਆ ਰੋਹ ਸੰਪੂਰਨਿਆਂ ਤੇ ਅਵਰੋਹ ਵੀ ਸੰਪੂਰਨਿਆਂ ਤੇ ਉਹਦੇ ਨਾਲ ਇੱਕ ਸੰਪੂਰਨ ਸੰਪੂਰਨ ਜਾਤੀ ਬਣ ਗਈ ਤੇ ਫਿਰ ਅਸੀਂ ਕਹਿੰਦੇ ਆ ਦਾ ਰੋਹ ਸੰਪੂਰਨ ਆ ਤੇ ਅਵਰੋਹ ਛਾੜ ਬਿਆ ਆਉਂਦਿਆਂ ਹਾਂ 6 ਲੱਗਣੇ ਤੇ ਸੰਪੂਰਨ ਛਾੜਬ ਤੇ ਇਸੇ ਤਰੀਕੇ ਨਾਲ ਸੰਪੂਰਨ ਔੜਬ ਤੇ ਫਿਰ ਚੌਥੀ ਜਾਤੀ ਬਣ ਜਾਂਦੀ ਆ ਛਾੜਬ ਸੰਪੂਰਨ ਪੰਜਵੀਂ ਛਾੜਬ ਛਾੜਬ 6ਵੀਂ ਛਾੜਬ ਔੜਬ ਤੇ 7ਵੀਂ ਔੜਬ ਸੰਪੂਰਨ ਤੇ 8ਵੀਂ ਔੜਬ ਛਾੜਬ ਤੇ 9ਵੀਂ ਔੜਬ ਔੜਬ ਤੇ ਹੁਣ ਇਹਨਾਂ ਨੌ ਜਾਤੀਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਕਿਸੇ ਥਾਟ ਦੇ ਵਿੱਚ ਕਿੰਨੇ ਰਾਗ ਬਣ ਸਕਦੇ ਆ ਹੁਣ ਤੁਸੀਂ ਦੇਖੋ ਕਿ ਆਪਾਂ ਕਿਸੇ ਵੀ ਥਾਟ ਦਾ ਜੇ ਸੰਪੂਰਨ ਅਰੋਹ ਲਈਏ ਸਾਰੇ ਗਾਮ ਆਪਾ ਦਾ ਨਹੀਂ ਸਾ ਆਂਦੇ ਹੋਏ ਸੰਪੂਰਨ ਅਵਰੋਹ ਲਈਏ ਸਾ ਨਹੀਂ ਦਾ ਪਾ ਮਾ ਗਾਰੇ ਸਾ ਤਾਂ ਉਹਦੇ ਨਾਲ ਸਾਡਾ ਇੱਕ ਸੰਪੂਰਨ ਸੰਪੂਰਨ ਰਾਗ ਬਣ ਗਿਆ ਤੇ ਆਪਾਂ ਇਹਨੂੰ ਹੋਰ ਕਿਸੇ ਤਰੀਕੇ ਨਾਲ ਇਹਦੇ ਵਿੱਚ ਅਦਲੀ ਬਦਲੀ ਨਹੀਂ ਕਰ ਸਕਦੇ ਸੋ ਇਸ ਕਰਕੇ ਹਰ ਇੱਕ ਥਾਟ ਦੇ ਵਿੱਚ ਸਿਰਫ ਇੱਕੋ ਹੀ ਇੱਕ ਸੰਪੂਰਨ ਸੰਪੂਰਨ ਰਾਗ ਹੁੰਦਾ ਗਣਿਤ ਦੇ ਹਿਸਾਬ ਨਾਲ ਪਰ ਸਾਨੂੰ ਪਤਾ ਕਿ ਪ੍ਰੈਕਟੀਕਲੀ ਇੱਕ ਥਾਟ ਦੇ ਵਿੱਚ ਕਈ ਸੰਪੂਰਨ ਸੰਪੂਰਨ ਰਾਗ ਹੋ ਸਕਦੇ ਕੰਨਿਆਂ ਦੇ ਵਾਦੀ ਹੋਰ ਹੁੰਦਾ ਕੰਨਿਆਂ ਦਾ ਸੰਵਾਦੀ ਹੋਰ ਹੁੰਦਾ ਕਿਸੇ ਦੇ ਵਿੱਚ ਕਿਸੇ ਇੱਕ ਸੁਰ ਦੇ ਦੋ ਰੂਪ ਲੱਗਦੇ ਹੁੰਦੇ ਆ ਇਸ ਤਰੀਕੇ ਨਾਲ ਪਰ ਗਣਿਤ ਦੇ ਹਿਸਾਬ ਨਾਲ ਸੰਪੂਰਨ ਸੰਪੂਰਨ ਇੱਕ ਹੀ ਰਾਗ ਹੋ ਸਕਦਾ ਹਰ ਇੱਕ ਥਾਟ ਦੇ ਵਿੱਚ ਤੇ ਜਿਹੜਾ ਛਾੜਵਿਆ ਛਾੜਬ ਨੂੰ ਅਸੀਂ ਇਦਾਂ ਬਣਾਇਦਾ ਤੇ ਇੱਕ ਦੇ ਵਿੱਚੋਂ ਨੀਂ ਕੱਟ ਦਿੱਤੀ ਜਣਕੇ ਸਾਰੇ ਗਾਵਾ ਪਾ ਧਾ ਸਾ ਇਕ ਦੇ ਵਿੱਚੋਂ ਧਾ ਕੱਟ ਦਿੱਤਾ ਸਾਰੇ ਗਾਵਾ ਪਾ ਨੀ ਸਾ ਇੱਕ ਦੇ ਵਿੱਚੋਂ ਪਾ ਕੱਟਤਾ ਇੱਕ ਚੁਮਾ ਇੱਕ ਚੁਗਾ ਇੱਕ ਚੁਰੇ ਇਸ ਤਰੀਕੇ ਨਾਲ ਅਸੀਂ 6 ਤਰ੍ਹਾਂ ਦੇ ਛਾੜਬ ਬਣਾ ਲੈਨੇ ਆ ਹੁਣ ਜਦੋਂ ਸਾਡੇ ਕੋਲ ਅਰੋਹਤਾ ਹੈਗਾ ਸੰਪੂਰਨ ਤੇ ਅਵਰੋਹ ਹੈਗੇ ਛਾੜਬ 6 ਤਾਂ ਸਾਡੇ ਕੋਲ ਸੰਪੂਰਨ ਛਾੜਬ 6 ਰਾਗ ਬਣ ਜਾਂਦੇ ਆ ਤੇ ਔੜਬ 15 ਤਰੀਕੇ ਦੇ ਹੁੰਦੇ ਆ ਕਿ ਕਿਸੇ ਚੋਂ ਨਹੀਂ ਦਾ ਛੜਦਾ ਕਿਸੇ ਚੋਂ ਨਹੀਂ ਪਾ ਨਹੀਂ ਮਾ ਨਹੀਂ ਗਾ ਨਹੀਂ ਰੇ ਫਿਰ ਦਾ ਪਾ ਧਾ ਮਾ ਧਾ ਗਾ ਧਾਰੇ ਪਾ ਮਾ ਪਾ ਗਾ 파ਰੇ ਇਸੇ ਤਰੀਕੇ ਨਾਲ ਮਾਗਾ ਮਾਰੇ ਤੇ ਗਾਰੇ 15 ਬਣ ਜਾਂਦੇ ਆ ਤੇ ਇਹ ਜਦੋਂ ਅਸੀਂ ਇੱਕ ਸੰਪੂਰਨ ਦੇ ਨਾਲ 15 ਔੜ ਵਵਰੋ ਲਾਨੇ ਆ ਤਾਂ ਸੰਪੂਰਨ ਔੜਵ 15 ਰਾਗ ਬਣ ਜਾਂਦੇ ਆ ਤੇ ਜਦੋਂ ਆਪਾਂ ਛਾੜਵ ਰੋਹ ਲਾਨੇ ਆ ਤੇ ਸੰਪੂਰਨ ਵਰੋਹ ਲਾਨੇ ਉਹ ਫਿਰ 6 ਬਣ ਜਾਂਦੇ ਆ ਤੇ ਜਦੋਂ ਆਪਾਂ ਛਾੜ ਵੀ ਉਰੋਹ ਤੇ ਛਾੜ ਵੀ ਅਵਰੋਹ ਤੇ ਹਰੇਕ ਨਾਲ ਆਪਾਂ ਜਦੋਂ 6-6 ਤਰ੍ਹਾਂ ਦੇ ਅਵਰੋਹ ਲਿਖ ਦਿੰਦੇ ਤਾਂ ਉਹ 6 6 36 ਬਣ ਜਾਂਦੇ ਆ ਤੇ ਜਦੋਂ ਆਪਾਂ ਛਾੜ ਉਰੋਹ ਦੇ ਨਾਲ ਔੜਵ ਅਵਰੋਹ ਲਾਉਨੇ ਆ ਤਾਂ ਉਹ 6 ਤਰ੍ਹਾਂ ਦੇ ਅਰੋਹਾਂ ਦੇ ਨਾਲ ਜਦੋਂ 15-15-15 ਤਰੀਕੇ ਦੇ ਆਪਾਂ ਅਵਰੋਹ ਲਿਖਦੇ ਤਾਂ 15 6 90 ਬਣ ਜਾਂਦੇ ਆ ਤੇ ਜਦੋਂ ਔੜਵ ਜਾਤੀ 'ਚ ਆਪਾਂ ਆਨੇ ਆ ਤੇ ਔੜਵ ਸੰਪੂਰਨ ਫੇਰ ਉਹੀ 15 ਤਰ੍ਹਾਂ ਦੇ ਰੋਹ ਇੱਕੋ ਹੀ ਤਰ੍ਹਾਂ ਦਾ ਅਵਰੋਹ ਤੇ ਉਹ 15 ਰਾਗ ਬਣ ਜਾਂਦੇ ਆ ਤੇ ਜਿਹੜੇ ਔੜ ਵਿਛਾੜਬ ਹੁੰਦੇ ਆ ਉਹ 15 ਤਰੀਕੇ ਦੇ ਰੋ ਤੇ 6 ਤਰੀਕੇ ਦੇ ਬ੍ਰੋ 15 ਚ 90 ਬਣ ਜਾਂਦੇ ਆ ਤੇ ਜਿਹੜੇ ਔੜ ਬੌੜਬ ਹੁੰਦੇ ਆ ਤੇ ਉਹ ਹੁੰਦੇ ਹੈਗੇ ਆ ਜੇ 15 ਤਰੀਕੇ ਦੇ ਰੋ 15 ਤਰੀਕੇ ਦੇ ਵਿਰੋਧ ਤੇ ਉਹ 15 15 ਆ 225 ਬਣ ਜਾਂਦੇ ਆ ਤੇ ਇਸ ਤਰੀਕੇ ਨਾਲ ਇਹ ਸੰਪੂਰਨ 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 ਛਾੜਬ ਸੰਪੂਰਨ ਔੜਬ ਛਾੜਬ ਸੰਪੂਰਨ ਛਾੜ ਵਿਛਾੜ ਵਿਛਾੜਬ ਔੜਬ ਤੇ ਫਿਰ ਔਡ ਬ ਸੰਪੂਰਨ ਔਡ ਵਿਛਾੜਬ ਔਡਬ ਔਡਬ ਹੋ ਸਕਦਾ ਮੇਰੇ ਤੋਂ ਹੁਣ ਇੱਥੇ ਕੋਈ ਗਲਤੀ ਵੀ ਹੋ ਜਾਵੇ ਪਰ ਸੰਪੂਰਨ ਸੰਪੂਰਨ ਇੱਕ ਸੰਪੂਰਨ ਛੇ ਸੰਪੂਰਨ ਔਡਬ 15 ਤੇ ਛਾੜਬ ਸੰਪੂਰਨ 6 ਛਾੜਬ ਛਾੜਬ 36 ਛਾੜਬ ਔਡਬ 90 ਤੇ ਫਿਰ ਔਡਬ ਸੰਪੂਰਨ 15 ਔਡ ਵਿਛਾੜਬ 90 ਤੇ ਔਡਬ ਔਡਬ 225 ਇਸ ਤਰੀਕੇ ਨਾਲ 484 ਰਾਗ ਬਣ ਜਾਂਦੇ ਆਂ ਪਰ ਇੱਥੇ ਜਾਂਦੇ ਜਾਂਦੇ ਇੱਕ ਚੀਜ਼ ਹੋਰ ਦੇਖ ਲਈਏ ਕਿ ਜਿਹੜਾ ਗਣਿਤ ਦਾ ਮੈਥਡ ਆ ਇਹ ਕਈ ਵਾਰੀ ਪ੍ਰੈਕਟੀਕੈਲਿਟੀ ਦੇ ਵਿੱਚ ਕਿੱਦਾਂ ਫੇਲ ਹੁੰਦਾ ਹੁਣ ਤੁਸੀਂ ਮੰਨ ਲਓ ਇੱਕ ਛਾੜ-ਬਿਛਾੜ ਬਰਾਗ ਦੀ ਆਪਾਂ ਐਗਜ਼ਾਮਪਲ ਲੈਨੇ ਆ ਕਿ ਸਾਡੇ ਕੋਲ ਇੱਕ ਐਸਾ ਛਾੜ-ਬਿਛਾੜ ਬਰਾ ਆ ਗਿਆ ਜਿਹਦੇ ਵਿੱਚ ਨਾ ਉੱਪਰ ਨੂੰ ਜਾਂਦਿਆਂ ਨਹੀਂ ਲੱਗਦਾ ਨਾ ਥੱਲੇ ਨੂੰ ਆਂਦਿਆਂ ਨਹੀਂ ਲੱਗਦਾ ਤੇ ਹੁਣ ਆਪਾਂ ਜਦੋਂ ਬਲਾਵਲ ਥਾਟ ਲੈਣਾ ਤੇ ਉਹਦੇ ਵਿੱਚ ਇਹ ਰਾਗ ਅਸੀਂ ਬਣਾ ਲਿਆ ਤੇ ਹੁਣ ਜਦੋਂ ਅਸੀਂ ਖਮਾਜ ਥਾਟ ਲੈਣਾ ਜਦੋਂ ਉਹਦੇ ਵਿੱਚ ਇਹ ਰਾਗ ਬਣਾਣਾ ਤਾਂ ਇਹ ਰਾਗ ਜਿਹੜਾ ਅਸੀਂ ਬਲਾਵਲ ਚ ਬਣਾਇਆ ਸੀ ਉਹਦੇ ਵਰਗਾ ਹੀ ਬਣ ਗਿਆ ਕਿਉਂਕਿ ਬਲਾਵਲ ਤਾਂ ਖਮਾਜ ਵਿੱਚ ਸਿਰਫ ਇੱਕੋ ਹੀ ਫਰਕ ਸੀ ਉਹ ਕੀ ਸੀ ਨੀ ਕੋਮਲ ਤੇ ਨੀ ਤਾਂ ਆਪਾਂ ਲਾਈ ਹੀ ਨਹੀਂ ਤੇ ਫਿਰ ਇਹਨਾਂ ਰਾਗਾਂ 'ਚ ਫਰਕ ਕੀ ਰਹਿ ਗਿਆ ਇਸੇ ਤਰੀਕੇ ਨਾਲ ਬਹੁਤ ਸਾਰੇ ਜਦੋਂ ਆਪਾਂ 32 ਥਾਟਾਂ ਦੇ ਵਿੱਚ ਇਹ 480 ਰਾਗ ਬਣਾਣੇ ਆ ਬਹੁਤ ਜ਼ਿਆਦਾ ਓਵਰਲੈਪ ਹੋ ਜਾਂਦਾ ਪਰ ਇਹ ਜਿਹੜੀ ਨਾ ਨੌ ਜਾਤੀਆਂ ਇਹਨਾਂ ਨੂੰ ਸਿੱਖਣਾ ਬਹੁਤ ਜ਼ਰੂਰੀ ਆ ਇਹਨਾਂ ਦੇ ਨਾਮ ਜ਼ਰੂਰ ਯਾਦ ਕਰ ਲਿਓ ਵਾਰ-ਵਾਰ ਕਰਕੇ ਕਿਉਂਕਿ ਹਰ ਇੱਕ ਰਾਗ ਦੀ ਜਿਹੜੀ ਹੈਗੀ ਆ ਦੂਜੀ ਕੁਆਲਿਟੀ ਉਹ ਉਹਦੀ ਜਾਤੀ ਹੁੰਦੀ ਆ ਰਾਗ ਦੀ ਪਹਿਲੀ ਕੁਆਲਿਟੀ ਹੁੰਦੀ ਆ ਰਾਗ ਦਾ ਪਹਿਲਾ ਗੁਣ ਹੁੰਦਾ ਅਸੀਂ ਦੱਸੀਦਾ ਕਿ ਰਾਗ ਕਿਸ ਥਾਟ ਚੋਂ ਆਇਆ ਤੇ ਰਾਗ ਦਾ ਦੂਜਾ ਹੀ ਗੁਣ ਇਹ ਹੁੰਦਾ ਕਿ ਇਹਦੀ ਜਾਤੀ ਕੀ ਆ ਕਿਉਂਕਿ ਆਪਾਂ ਰੋਹ ਵਿਰੋਧ ਤੋਂ ਬਿਨਾਂ ਰਾਗ ਬਣਾ ਨਹੀਂ ਸਕਦੇ ਤੇ ਸਾਨੂੰ ਪਹਿਲਾਂ ਹੀ ਰਾਗ ਦੀ ਉਹਦੀ ਜਾਤੀ ਦੇਖਣੀ ਪੈਂਦੀ ਆ ਕਿਤੇ ਉੱਪਰ ਨੂੰ ਜਾਂਦੇ ਆ ਕਿੰਨੇ ਸੁਰ ਲੱਗਦੇ ਤੇ ਥੱਲੇ ਨੂੰ ਜਾਂਦੇ ਆ ਕਿੰਨੇ ਸੁਰ ਲੱਗਦੇ ਆ ਤੇ ਹਰ ਇੱਕ ਰਾਗ ਦੀ ਜਿਹੜੀ ਜਾਤੀ ਹੁੰਦੀ ਆ ਉਹ ਇਹਨਾਂ ਨੌਆਂ ਚੋਂ ਇੱਕ ਹੁੰਦੀ ਆ ਤੇ ਲਓ ਜੀ ਇਹਦੇ ਨਾਲ ਸਾਡੀ ਇਹ ਸੀਰੀਜ਼ ਕੰਪਲੀਟ ਹੋ ਗਈ ਤੇ ਆਪਾਂ ਫਿਰ ਹੁਣ ਅਗਲੀ ਕਿਸੇ ਵੀਡੀਓ ਦੇ ਵਿੱਚ ਮਿਲਾਂਗੇ ਕਿਸੇ ਹੋਰ ਗੱਲਬਾਰੇ ਵਿਚਾਰ ਕਰਾਂਗੇ